ਸੰਗਤਾਂ ਨੂੰ ਦਾਸ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਧਰਤੀ 'ਤੇ ਸਾਡਾ ਸਿੱਖ ਰਾਜ ਹੁੰਦਾ ਸੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਹਦੀਆਂ ਅੱਜ ਵੀ ਇਤਿਹਾਸ ਦੇ ਪੰਨਿਆਂ ਦੇ ਉੱਤੇ ਬਾਤਾਂ ਪੈਂਦੀਆਂ ਨੇ। ਦੁਨੀਆਂ ਦੇ ਵਿੱਚ ਜਦੋਂ ਚੰਗੇ ਰਾਜਾਂ ਦੀ ਗੱਲ ਚੱਲਦੀ ਹੈ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਚੱਲਦੀ ਹੈ। ਸਾਡਾ ਸਿੱਖ ਰਾਜ ਕਿਸ ਤਰ੍ਹਾਂ ਤਬਾਹ ਹੋਇਆ ਇਤਿਹਾਸ ਦੇ ਪੰਨਿਆਂ 'ਤੇ ਲਿਖਿਆ ਪਿਆ। ਉਸ ਸਿੱਖ ਰਾਜ ਦਾ ਆਖਰੀ ਵਾਰਸ ਮਹਾਰਾਜਾ ਦਲੀਪ ਸਿੰਘ, ਜਿਸ ਨੂੰ ਅੰਗਰੇਜ਼ ਇੱਥੋਂ ਅਗਵਾ ਕਰਕੇ ਅਤੇ ਬ੍ਰਿਟਿਸ਼ ਦੀ ਧਰਤੀ 'ਤੇ, ਇੰਗਲੈਂਡ ਦੀ ਧਰਤੀ 'ਤੇ ਲੈ ਗਏ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਸਿੱਖ ਐਸੀ ਬਹਾਦਰ ਕੌਮ ਹੈ, ਗੁਰੂ ਸਾਹਿਬ ਦੀ ਬਖਸ਼ੀ ਹੋਈ ਕਿ ਜਿਨ੍ਹਾਂ ਤੋਂ ਅੰਗਰੇਜ਼ਾਂ ਨੂੰ ਵੀ ਡਰ ਲੱਗਦਾ ਸੀ, ਉਸ ਡਰ ਦੇ ਤਹਿਤ ਹੀ ਮਹਾਰਾਜਾ ਦਲੀਪ ਸਿੰਘ ਨੂੰ ਅਗਵਾ ਕਰਕੇ ਇੰਗਲੈਂਡ ਦੀ ਧਰਤੀ 'ਤੇ ਲਿਜਾ ਕੇ ਅਤੇ ਸ਼ਾਹੀ ਗੁਲਾਮਾਂ ਦੀ ਤਰ੍ਹਾਂ ਰੱਖਿਆ ਗਿਆ। ਔਰ ਸਭ ਤੋਂ ਵੱਡਾ ਜ਼ਬਰ ਜ਼ੁਲਮ ਦੀ ਇੰਤਹਾ ਬ੍ਰਿਟਿਸ਼ ਹਕੂਮਤ ਨੇ, ਗੋਰਿਆਂ ਨੇ ਇਹ ਕੀਤੀ ਕਿ ਉਸਦਾ ਸਿੱਖ ਧਰਮ ਜਿਹੜਾ ਸੀਗਾ ਉਸ ਤੋਂ ਦੂਰ ਕਰਕੇ ਉਸਨੂੰ ਈਸਾਈ ਧਰਮ ਦੇ ਵਿੱਚ ਕਨਵਰਟ ਕੀਤਾ ਔਰ ਉਸਨੂੰ ਪੂਰੀ ਤਰ੍ਹਾਂ ਦੇ ਨਾਲ ਈਸਾਈ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਉਸਨੂੰ ਆਪਣੀ ਮਾਤਾ ਦਾ ਮਿਲਾਪ ਹੋਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਮਹਿਬੂਬਾ ਰਾਣੀ ਮਹਾਰਾਣੀ ਜਿੰਦਾਂ ਦਾ, ਅਤੇ ਕਿਸ ਤਰ੍ਹਾਂ ਇੱਕ ਮਾਂ ਦਾ ਰੋਲ ਅਦਾ ਕਰਦਿਆਂ ਮਹਾਰਾਣੀ ਜਿੰਦਾਂ ਨੇ ਉਹਦੇ ਅੰਦਰ ਜੋ ਸਿੱਖ ਧਰਮ ਦੀ ਗੱਲ ਸੀ ਉਸ ਨੂੰ ਉਜਾਗਰ ਕੀਤਾ ਅਤੇ ਉਹਨੂੰ ਦੁਬਾਰਾ ਇਹ ਦੱਸਣਾ ਕਿ ਤੂੰ ਬਲੈਕ ਪ੍ਰਿੰਸ, ਤੂੰ ਕੋਈ ਪ੍ਰਿੰਸ ਨਹੀਂ ਆ, ਤੂੰ ਮਹਾਰਾਜਾ ਹੈ ਅਤੇ ਆਪਣੇ ਰਾਜ ਨੂੰ ਪ੍ਰਾਪਤ ਕਰਨ ਵਾਸਤੇ ਤੈਨੂੰ ਸੰਘਰਸ਼ ਕਰਨਾ ਚਾਹੀਦਾ, ਆਪਣੇ ਹੱਕਾਂ ਨੂੰ ਜਿਹੜਾ ਹੈ ਉਹ ਪ੍ਰਾਪਤ ਕਰਨਾ ਚਾਹੀਦਾ। ਅਤੇ ਗੁਰੂ ਸਾਹਿਬ ਨੇ ਜੋ ਸਿਧਾਂਤ ਦਿੱਤਾ ਕਿ ਆਪਣੇ ਹੱਕਾਂ ਵਾਸਤੇ ਸੰਘਰਸ਼ ਕਰਨਾ, ਮਹਾਰਾਜਾ ਦਲੀਪ ਸਿੰਘ ਦੇ ਅੰਦਰ ਜਦੋਂ ਸਿੱਖੀ ਦੀ ਚਿਣਕ ਜਾਗੀ ਅਤੇ ਉਹਨੇ ਈਸਾਈ ਧਰਮ ਛੱਡ ਕੇ ਜਿਸ ਤਰ੍ਹਾਂ ਸਿੱਖ ਧਰਮ ਨੂੰ ਗ੍ਰਹਿਣ ਕੀਤਾ ਔਰ ਉਸ ਤੋਂ ਬਾਅਦ ਉਹਨੇ ਇੰਗਲੈਂਡ ਨੂੰ ਛੱਡ ਕੇ ਜਿਸ ਤਰ੍ਹਾਂ ਪੈਰਿਸ, ਰੂਸ ਬਹੁਤ ਯਤਨ ਕੀਤੇ ਆਪਣਾ ਸਿੱਖ ਰਾਜ ਕਾਇਮ ਕਰਨ ਵਾਸਤੇ, ਪਰ ਕਿਸ ਤਰੀਕੇ ਦੇ ਨਾਲ ਗਦਾਰਾਂ ਦੀ ਗਦਾਰੀ ਕਰਕੇ ਜਿਸ ਤਰ੍ਹਾਂ ਸਿੱਖ ਰਾਜ ਤਬਾਹ ਹੋਇਆ ਸੀ, ਮਹਾਰਾਜਾ ਦਲੀਪ ਸਿੰਘ ਦਾ ਵੀ ਉਸੇ ਤਰੀਕੇ ਨਾਲ ਉਹਨਾਂ ਲੋਕਾਂ ਨੇ ਸਾਥ ਨਾ ਦਿੱਤਾ ਅਤੇ ਆਪਣੇ ਜ਼ਮੀਰ ਨੂੰ ਵੇਚ ਕੇ ਗੋਰੇ ਅੰਗਰੇਜ਼ਾਂ ਕੋਲ ਚੰਦ ਟੁਕੜਿਆਂ ਦੀ ਖਾਤਰ, ਕੁਰਸੀ ਦੀ ਖਾਤਰ, ਅਤੇ ਕਿਸ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਦਾ ਸਾਥ ਨਾ ਦਿੱਤਾ, ਉਹ ਇਸ ਫਿਲਮ ਦੇ ਵਿੱਚ ਮੈਂ ਵਧਾਈ ਦੇਣੀ ਚਾਹੁੰਦਾ, ਮੁਬਾਰਕ ਦੇਣੀ ਚਾਹੁੰਦਾ ਜੋ ਕਵੀ ਰਾਜ ਜੀ, ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਨੇ ਦ ਬਲੈਕ ਪ੍ਰਿੰਸ ਨਾਂ ਦੀ ਇਹ ਜਿਹੜੀ ਪਿਕਚਰ ਬਣਾਈ ਹੈ, ਇਹਦੇ ਵਿੱਚ ਸਿੱਖ ਰਾਜ ਦੇ ਉਹਨਾਂ ਪੰਨਿਆਂ ਦਾ ਜ਼ਿਕਰ ਕੀਤਾ ਕਿ ਕਿਸ ਤਰੀਕੇ ਦੇ ਨਾਲ ਸਿੱਖ ਰਾਜ ਦੇ ਆਖਰੀ ਵਾਰਸ ਨੂੰ ਅੰਗਰੇਜ਼ਾਂ ਨੇ ਇੱਥੋਂ ਅਗਵਾ ਕਰਕੇ ਲੈ ਗਏ ਅਤੇ ਕਿਸ ਤਰ੍ਹਾਂ ਉਹਦੇ ਨਾਲ ਧੱਕੇਸ਼ਾਹੀ ਕੀਤੀ, ਜ਼ਬਰ ਜ਼ੁਲਮ ਕੀਤਾ। ਪਰ ਮਹਾਰਾਜਾ ਦਲੀਪ ਸਿੰਘ ਆਪਣੇ ਸਿੱਖ ਰਾਜ ਨੂੰ ਦੁਬਾਰਾ ਸਥਾਪਿਤ ਕਰਨ ਵਾਸਤੇ ਅਤੇ ਆਪਣੇ ਲੋਕਾਂ ਨੂੰ ਆਜ਼ਾਦੀ ਦਿਵਾਉਣ ਵਾਸਤੇ ਕਿਸ ਤਰ੍ਹਾਂ ਸੁਪਨੇ ਲੈ ਕੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ, ਮੈਂ ਸਮਝਦਾ ਕਿ ਇਹ ਬਹੁਤ ਵੱਡਾ ਉੱਦਮ ਅਤੇ ਉਪਰਾਲਾ ਜਿਹੜਾ ਇਹ ਸਾਰੀ ਟੀਮ ਨੇ ਕੀਤਾ, ਇਹ ਵਧਾਈ ਦੇ ਪਾਤਰ ਨੇ। ਮੈਂ ਆਪਣੇ ਵੱਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਜਿੱਥੇ ਹੋਰ ਕਈ ਤਰ੍ਹਾਂ ਦੀਆਂ ਫਿਲਮਾਂ ਦੇਖਦੇ ਆ, ਇਹ ਬਹੁਤ ਵੱਡਾ ਉਪਰਾਲਾ, ਇਹਨਾਂ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ, ਆਪਣੇ ਬੱਚਿਆਂ ਨੂੰ ਨਾਲ ਲੈ ਕੇ, ਪਰਿਵਾਰਾਂ ਨੂੰ ਨਾਲ ਲੈ ਕੇ, ਪਰਿਵਾਰਾਂ ਸਮੇਤ ਜਾ ਕੇ ਇਹ ਜਿਹੜੀ ਫਿਲਮ ਆ ਦ ਬਲੈਕ ਪ੍ਰਿੰਸ ਸਾਰੇ ਸਿੱਖਾਂ ਨੂੰ ਵੇਖਣੀ ਚਾਹੀਦੀ ਅਤੇ ਗੈਰ ਸਿੱਖਾਂ ਨੂੰ ਵੀ, ਸਿੱਖ ਇਤਿਹਾਸ ਤੋਂ ਅਤੇ ਸਿੱਖ ਰਾਜ ਨਾਲ ਹੋਏ ਧੱਕੇਸ਼ਾਹੀ ਨੂੰ ਗੈਰ ਸਿੱਖਾਂ ਨੂੰ ਵੀ ਵੇਖਣਾ ਚਾਹੀਦਾ ਅਤੇ ਸਿੱਖਾਂ ਨੂੰ ਖਾਸ ਕਰਕੇ। ਗੁਰੂ ਸਾਹਿਬ ਦੇ ਸਿਧਾਂਤ ਰਾਜ ਕਰੇਗਾ, ਖਾਲਸਾ ਕੀ ਰਹੇ ਨਾ ਕੋਈ, ਖੁਆਰ ਹੋਏ ਸਾਂ ਮਿਲਾਂਗੇ, ਬਚੇ ਸ਼ਰਨ ਜੋ ਹੋਏ ਦੇ ਮਹਾਂਵਾਕਾਂ ਨੂੰ ਪੂਰਾ ਕਰਨ ਵਾਸਤੇ, ਉਹਨਾਂ ਨੂੰ ਆਪਣਾ ਮੁੜ ਸਿੱਖ ਰਾਜ ਸਥਾਪਿਤ ਕਰਨ ਵਾਸਤੇ ਇਹ ਜਿਹੜੀ ਫਿਲਮ ਜਿਹੜੀ ਹੈ ਇਹ ਬਹੁਤ ਵੱਡਾ ਮੈਸੇਜ ਦਿੰਦੀ ਹੈ ਅਤੇ ਸਾਰਿਆਂ ਨੂੰ ਇਹ ਦੇਖਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਇਤਿਹਾਸਕ ਫਿਲਮਾਂ ਨੇ ਉਹ ਆ ਸਕਣ, ਟੀਮ ਜਿਹੜੀ ਬਣਾਉਣ ਵਾਲੀ ਹੈ ਜੋ ਖਰਚ ਕਰਦੇ ਆ ਉਹਨਾਂ ਦੀ ਹੌਸਲਾ ਅਫਜਾਈ ਹੋ ਸਕੇ, ਉਹਨਾਂ ਦਾ ਖਰਚਾ ਮੁੜ ਸਕੇ ਅਤੇ ਸਾਨੂੰ ਜਿਹੜਾ ਹੈ ਆਪਣੇ ਵਿਰਸੇ ਤੋਂ, ਆਪਣੇ ਇਤਿਹਾਸ ਤੋਂ ਇਹੋ ਜਿਹੀਆਂ ਫਿਲਮਾਂ ਜਿਹੜੀਆਂ ਜਾਣੂ ਕਰਾਉਣ। ਬਹੁਤ ਲੋਕ ਇਸ ਤਰ੍ਹਾਂ ਦੀਆਂ ਫਿਲਮਾਂ ਦੇਖਦੇ, ਮੈਂ ਤਾਂ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹੂੰਗਾ ਜਿਹੜੇ ਜੱਟੂ ਇੰਜੀਨੀਅਰ ਵਰਗੀਆਂ ਫਿਲਮਾਂ ਨੂੰ ਦੇਖਦੇ ਆ, ਉਹਨਾਂ ਦੇ ਜਿਹੜੇ ਡੇਰੇਦਾਰਾਂ ਦੇ ਪੈਰੋਕਾਰ ਆ ਉਹ ਵੀ ਇਸ ਫਿਲਮ ਨੂੰ ਦੇਖਣ ਅਤੇ ਬਹੁਤ ਸਾਰੇ ਜਿਹੜੇ ਸਿੱਖ ਆ ਸਿੱਖੀ ਨੂੰ ਛੱਡ ਕੇ ਪਖੰਡਵਾਦ ਦੇ, ਡੇਰਾਵਾਦ ਦੇ ਪੈਰੋਕਾਰ ਬਣ ਕੇ ਇਹੋ ਜਿਹੀਆਂ ਫਿਲਮਾਂ ਦੇ ਵਿੱਚ ਆਪਣਾ ਪੈਸਾ ਬਰਬਾਦ ਕਰਦੇ ਆ। ਉਹਨਾਂ ਨੂੰ ਚਾਹੀਦਾ ਕਿ ਸਿੱਖ ਇਤਿਹਾਸ ਨਾਲ ਰਿਲੇਟਡ ਜਿਹੜੀ ਫਿਲਮ ਆ ਇਹਨੂੰ ਦੇਖਣ, ਦਾ ਬਲੈਕ ਪ੍ਰਿੰਸ ਨੂੰ, ਅਤੇ ਆਪਣੇ ਅੰਦਰ ਉਹ ਚਿਣਕ
ਜਿਹੜੀ ਜਗਾਉਣ ਜਿਹੜੀ ਮਹਾਰਾਣੀ ਜਿੰਦਾ ਨੇ ਮਹਾਰਾਜਾ ਦਲੀਪ ਸਿੰਘ ਦੇ ਅੰਦਰ ਜਗਾਈ ਸੀ ਅਤੇ ਸਾਨੂੰ ਸਾਰਿਆਂ ਸਿੱਖਾਂ ਨੂੰ ਪਦਾਰਥ ਅਤੇ ਸਵਾਰਥ ਤੋਂ ਉੱਪਰ ਉੱਠ ਕੇ ਆਪਣੇ ਅੰਦਰ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਰਾਜੇ ਮਹਾਰਾਜੇ ਬਣਾਇਆ ਸੀਗਾ, ਨਾ ਕਿ ਗੁਲਾਮ ਬਣਾਇਆ। ਕਵੀ ਦੀਆਂ ਦੋ ਲਾਈਨਾਂ ਨੇ, ਝੁਕਣ ਲਈ ਨਹੀਂ ਅੱਖਾਂ ਸਿੱਖ ਦੀਆਂ ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ, ਦੋ ਗੱਲਾਂ ਲਈ ਸਿੱਖ ਦਾ ਸੀਸ ਬਣਿਆ, ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ, ਆਪਣੀਆਂ ਸਰਦਾਰੀਆਂ ਆਪਣਾ ਰਾਜ ਭਾਗ ਕਾਇਮ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ। ਅਤੇ ਮੈਂ ਜਿੱਥੇ ਧੰਨਵਾਦ ਕਰੂੰਗਾ ਸਮੁੱਚੀ ਟੀਮ ਦਾ, ਉੱਥੇ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸਰਦਾਰ ਗੁਰਵਿੰਦਰ ਸਿੰਘ ਜੀ ਸਿੱਧੂ, ਜਿਨ੍ਹਾਂ ਦੇ ਉਪਰਾਲੇ ਸਦਕਾ ਮੈਂ ਅੱਜ ਇਸ ਫਿਲਮ ਨੂੰ ਦੇਖਿਆ ਕਿ ਉਹਨਾਂ ਨੇ ਇਸ ਫਿਲਮ ਦੇ ਬਾਬਤ, ਇਹਦੇ ਇਤਿਹਾਸ ਬਾਬਤ ਵੀ ਕਿਸ ਤਰੀਕੇ ਦੇ ਨਾਲ ਫਿਲਮ ਬਣਾਈ ਆ, ਉਹਨਾਂ ਦੇ ਯਤਨਾਂ ਸਦਕਾ ਮੈਂ ਆਪਣੀ ਸਮੁੱਚੀ ਟੀਮ ਜਥੇ ਸਮੇਤ ਸੰਗਤਾਂ ਸਮੇਤ ਇਸ ਫਿਲਮ ਨੂੰ ਦੇਖਿਆ ਅਤੇ ਮੇਰੇ ਮਨ ਨੂੰ ਵੀ ਡੁੰਬਿਆ ਕਿ ਕਿਸ ਤਰੀਕੇ ਦੇ ਨਾਲ ਸਾਡੇ ਨਾਲ ਜੋ ਧੱਕੇਸ਼ਾਹੀ ਹੋਈ, ਸਾਡਾ ਸਿੱਖ ਰਾਜ ਜਿਹੜਾ ਤਬਾਹ ਹੋਇਆ ਅਤੇ ਸਾਡੇ ਸਿੱਖ ਰਾਜ ਦੇ ਆਖਰੀ ਵਾਰਸ ਨੂੰ ਕਿਸ ਤਰੀਕੇ ਦੇ ਨਾਲ ਅੰਗਰੇਜ਼